ਪੰਜਾਬੀ ਗਾਣਿਆਂ ਦੇ ਨਾਲ ਨਾਲ ਇਹਨੀਂ ਦਿਨੀਂ ਪੰਜਾਬੀ ਫਿਲਮਾਂ ਦੇ ਵੀ ਹਰ ਪਾਸੇ ਚਰਚੇ ਹਨ। ਪਰ ਜੇਕਰ ਬੋਲੀਵੁੱਡ ਦੀ ਹੀਰੋਇਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਿਸੇ ਤੋਂ ਘੱਟ ਨਹੀਂ। ਹਰ ਅਦਾ ਵਿੱਚ ਉਹ ਬੋਲੀਵੁੱਡ ਦੀਆਂ ਹੀਰੋਇਨਾਂ ਨੂੰ ਮਾਤ ਦਿੰਦੀਆਂ ਨੇ। ਇਹਨਾਂ ਦੀ ਇੱਕ ਇੱਕ ਅਦਾ ਇਹਨਾਂ ਦੇ ਚੋਣ ਵਾਲਿਆਂ ਨੂੰ ਕਾਇਲ ਕਰਦੀਆਂ ਨੇ। ਲਓ ਜੀ, ਆਪਾਂ ਗੱਲ ਕਰਦੇ ਹਾਂ ਬੋਲੀਵੁੱਡ ਦੀਆਂ ਕੁਝ ਹੀਰੋਇਨਾਂ ਦੀ, ਜਿਹੜੀਆਂ ਬੋਲੀਵੁੱਡ ਦੀਆਂ ਹੀਰੋਇਨਾਂ ਨੂੰ ਟੱਕਰ ਦਿੰਦੀਆਂ ਹਨ। ਇਸ ਲੜੀ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਨੀਰੂ ਬਾਜਵਾ ਦਾ। ਕੈਨੇਡਾ ਵਿੱਚ ਜੰਮੀ ਇਸ ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1998 ਵਿੱਚ ਮੈਂ 16 ਬਰਸ ਕੀ ਫਿਲਮ ਨਾਲ ਕੀਤੀ ਸੀ। ਇਸ ਤੋਂ ਬਾਅਦ ਨੀਰੂ ਬਾਜਵਾ ਨੇ ਪੰਜਾਬੀ ਫਿਲਮ ਇੰਡਸਟਰੀ ਵੱਲ ਮੁੱਖ ਕੀਤਾ ਅਤੇ ਅਸਾਂ ਨੂੰ ਮਾਣ ਵਤਨਾ ਦਾ ਫਿਲਮ ਦੁਆਰਾ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ। ਇਸ ਤੋਂ ਬਾਅਦ ਤਾਂ ਨੀਰੂ ਬਾਜਵਾ ਫਿਲਮ ਮੇਕਰਸ ਦੀ ਪਹਿਲੀ ਪਸੰਦ ਬਣ ਗਏ ਅਤੇ ਅੱਜ ਵੀ ਦਰਸ਼ਕ ਨੀਰੂ ਬਾਜਵਾ ਨੂੰ ਪਰਦੇ 'ਤੇ ਵੇਖਣ ਦੇ ਪੂਰੇ ਚਾਹਵਾਨ ਨੇ। ਨੀਰੂ ਬਾਜਵਾ ਤੋਂ ਬਾਅਦ ਨਾਮ ਆਉਂਦਾ ਸਰਗੁਣ ਮਹਿਤਾ ਦਾ। ਇਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਕਰੋਲ ਬਾਗ ਤੋਂ ਕੀਤੀ ਸੀ। 2015 ਵਿੱਚ ਉਹਨਾਂ ਨੇ ਅੰਗਰੇਜ਼ ਫਿਲਮ ਨਾਲ ਬੋਲੀਵੁੱਡ ਵਿੱਚ ਕਦਮ ਰੱਖਿਆ ਅਤੇ ਅੱਜ ਤੱਕ ਇਹ ਕਦਮ ਅੱਗੇ ਹੀ ਵਧਦੇ ਜਾ ਰਹੇ ਨੇ। ਸਰਗੁਣ ਮਹਿਤਾ ਨੇ ਲਵ ਪੰਜਾਬ, ਕਿਸਮਤ, ਕਾਲਾ ਸ਼ਾਹ ਕਾਲਾ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਹੁਸਨ ਦੀ ਗੱਲ ਕੀਤੀ ਜਾਵੇ ਤਾਂ ਸੋਨਮ ਬਾਜਵਾ ਦਾ ਨਾਮ ਨਾ ਆਵੇ ਇਹ ਕਿੱਦਾਂ ਹੋ ਸਕਦਾ ਹੈ। ਸੋਨਮ ਬਾਜਵਾ ਸਾਊਥ ਦੀਆਂ ਫਿਲਮਾਂ ਤੋਂ ਲੈ ਕੇ ਬੋਲੀਵੁੱਡ ਤੱਕ ਹਰ ਇੱਕ ਦੀ ਫੇਵਰੇਟ ਹੀਰੋਇਨ ਬਣੀ ਹੋਈ ਹੈ। ਸੋਨਮ ਬਾਜਵਾ ਨੂੰ ਦਿਲਜੀਤ ਦੋਸਾਂਝ ਦੀ ਫਿਲਮ 1984 ਨੇ ਇੱਕ ਵੱਖਰੀ ਪਹਿਚਾਣ ਦਿੱਤੀ। ਇਸ ਫਿਲਮ ਤੋਂ ਬਾਅਦ ਤਾਂ ਹਿੱਟ ਫਿਲਮਾਂ ਦੇਣਾ ਸੋਨਮ ਦੀ ਫਿਤਰਤ ਹੀ ਬਣ ਗਈ। ਸਰਦਾਰ ਜੀ 2, ਨਿੱਕਾ ਜੈਲਦਾਰ, ਸੁਪਰ ਸਿੰਘ, ਨਿੱਕਾ ਜੈਲਦਾਰ 2, ਗੁੱਡੀਆਂ ਪਟੋਲੇ ਅਤੇ ਮੁਕਲਾਵਾ, ਇਹਨਾਂ ਫਿਲਮਾਂ ਦੇ ਨਾਮ ਹਿੱਟ ਫਿਲਮਾਂ ਦੀ ਲਿਸਟ ਵਿੱਚ ਸ਼ਾਮਲ ਹਨ। ਆਖਿਰ ਵਿੱਚ ਆਪਾਂ ਗੱਲ ਕਰਦੇ ਹਾਂ ਦ ਸਿਜ਼ਲਿੰਗ ਗਰਲ ਮੈਂਡੀ ਤੱਕਰ ਦੀ। ਮੈਂਡੀ ਦਾ ਜਨਮ ਇੰਗਲੈਂਡ ਵਿੱਚ ਹੋਇਆ ਅਤੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਮੈਂਡੀ ਨੇ ਇੰਡੀਆ ਦਾ ਰੁਖ ਕੀਤਾ। ਸਾਊਥ ਵਿੱਚ ਅਤੇ ਬੋਲੀਵੁੱਡ ਵਿੱਚ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਨੂੰ ਖੂਬ ਦਿਖਾ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੋਲੀਵੁੱਡ ਦੀਆਂ ਇਹ ਹੀਰੋਇਨਾਂ ਹੁਣ ਬੋਲੀਵੁੱਡ ਦੀਆਂ ਹੀਰੋਇਨਾਂ ਤੋਂ ਬਿਲਕੁਲ ਘੱਟ ਨਹੀਂ ਹੈ। ਆਪਣੇ ਆਪ ਵਿੱਚ ਤਾਂ ਇਹ ਸਭ ਪਰਫੈਕਟ ਨੇ, ਪਰ ਦੋਸਤੋ ਹੁਣ ਇਹ ਗੱਲ ਤੁਹਾਡੇ 'ਤੇ ਛੱਡੀ ਜਾਂਦੀ ਹੈ ਕਿ ਕਿਹੜੀ ਹੀਰੋਇਨ ਨੂੰ ਤੁਹਾਡੇ ਦਿਲ ਨੇ ਪਸੰਦ ਕੀਤਾ ਹੈ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।